ਗੁੱਡ ਮਾਰਨਿੰਗ ਸਟੂਡੈਂਟਸ ਥਿਸ ਇਜ਼ ਗੀਤਾ ਅਗਰਵਾਲ ਇੰਗਲਿਸ਼ ਮਿਸਟ्रेस लेट्स स्टार्ट ਟੁਡੇਸ ਕਲਾਸ ਟੂਡੇ ਇਜ਼ 20th ਆਫ ਜਨੂਅਰੀ 2022 ਥਿਸ ਇਜ਼ ਕਲਾਸ 10th लेट्स ਡਿਸਕਸ ਦਾ ਅਸਾਈਨਮੈਂਟ ਸੈਂਟ ਬਾਈ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਪੰਜਾਬ ਬੱਚਿਓ ਅੱਜ ਦੀ ਆਪਣੀ ਸ਼ੀਟ ਦੇ ਵਿੱਚ ਇੱਕ ਗ੍ਰਾਮਰ ਦਾ ਟੌਪਿਕ ਆਇਆ ਹੈ ਪੇਅਰਸ ਆਫ ਵਰਡ ਜਨਰਲੀ ਕਨਫਿਊਜ਼ਡ ਇਹ ਤੁਹਾਡੀ ਗ੍ਰਾਮਰ ਬੁੱਕ ਦੇ ਵਿੱਚ ਲਿਖੇ ਹੋਏ ਨੇ ਇਸੇ ਤਰ੍ਹਾਂ ਹੀ ਲਿਖੇ ਹੋਏ ਨੇ ਮੈਂ ਤੁਹਾਨੂੰ ਸਿਰਫ ਸਮਝਾਵਾਂਗੀ ਤੁਹਾਨੇ ਕਿਤੇ ਵੀ ਇਹ ਤੁਹਾਨੂੰ ਕਿਤੇ ਵੀ ਇਹ ਲਿਖਣ ਦੀ ਜਰੂਰਤ ਨਹੀਂ ਇਹ ਆਲਰੇਡੀ ਤੁਹਾਡੀ ਗ੍ਰਾਮਰ ਬੁੱਕ ਚ ਲਿਖੇ ਹੋਏ ਨੇ ਤੁਸੀਂ ਇਹਨਾਂ ਨੂੰ ਸਿਰਫ ਯਾਦ ਕਰਨਾ ਹੈ ਪਹਿਲਾਂ ਇਹਨਾਂ ਨੂੰ ਸਮਝ ਲਓ ਚੰਗੀ ਤਰ੍ਹਾਂ ਫਿਰ ਇਹਨਾਂ ਨੂੰ ਤੁਸੀਂ ਨਾਲ-ਨਾਲ ਹੀ ਯਾਦ ਕਰ ਸਕਦੇ ਹੋ ਦਾ ਫੋਲੋਇੰਗ ਪੇਅਰਸ ਆਫ ਵਰਡਸ ਆਫਨ ਕ੍ਰੀਏਟ ਕਨਫਿਊਜ਼ਨ ਇਨ ਦਾ ਮਾਈਂਡਸ ਸੋ देयर मीनिंग शुड ਬੀ ਪ੍ਰੋਪਰਲੀ ਅੰਡਰਸਟੂਡ ਕਿਉਂਕਿ ਕਈ ਵਾਰ ਆਪਾਂ ਦੋ ਵਰਡ ਸੇ ਵਿੱਚ ਕਨਫਿਊਜ਼ ਹੋ ਜਾਂਦੇ ਆ ਜਦੋਂ ਉਹ ਇੱਕ ਤਰ੍ਹਾਂ ਹੀ ਬੋਲੇ ਜਾਂਦੇ ਨੇ ਜੇ ਆਪਾਂ ਨੂੰ ਉਹਨਾਂ ਦੇ मीनिंग ਸਹੀ ਤਰ੍ਹਾਂ ਪਤਾ ਹੋਣਗੇ ਤਾਂ ਆਪਾਂ ਉਹਨਾਂ ਦੇ ਅਸਲੀ ਸ਼ਬਦਾਂ ਦੇ ਅਰਥ ਕੱਢ ਸਕਦੇ ਆ ਤਾਂ ਆਓ ਫਰਸਟ ਵਰਡ ਕਰਦੇ ਆ ਫਰਸਟ ਕੀ ਹੈ ਐਕਸੈਪਟ a -C, c e p t ਕਈ ਲੋਕੇ ਨੂੰ ਅਕਸੈਪਟ ਬੋਲਦੇ ਨੇ ਜਿਹੜਾ ਕਿ ਗਲਤ ਪ੍ਰੋਨਨਸੀਏਸ਼ਨ ਹੈ ਇਹਦੀ ਇਹਨੂੰ ਬੋਲਣਾ ਐਕਸੈਪਟ ਇੱਕ ਸੀ ਨੂੰ ਪਹਿਲਾਂ a ਨਾਲ ਲਗਾ ਦਿਓ ਦੂਜੀ ਸੀ ਨੂੰ ਪਿਛਲੀ e ਨਾਲ ਲਗਾ ਦਿਓ except 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 means ਕਿਸੇ ਚੀਜ਼ ਨੂੰ ਸਵੀਕਾਰ ਕਰ ਲੈਣਾ ਤੁਸੀਂ ਇਹਨੂੰ ਪੰਜਾਬੀ 'ਚ ਆਪਣੀ ਬੁੱਕ 'ਚ ਲਿਖ ਸਕਦੇ ਹੋ ਆਪਣੀ ਬੁੱਕ ਓਪਨ ਕਰ ਲਓ ਗ੍ਰਾਮਰ ਦੀ ਬੁੱਕ ਹੈ ਗ੍ਰਾਮਰ ਦੀ ਬੁੱਕ 'ਚ ਅੱਗੇ ਕੰਟੈਂਟਸ ਦੇ ਵਿੱਚ ਟੌਪਿਕ ਫਾਈਂਡ ਆਊਟ ਕਰ ਲਓ ਪੇਅਰ ਆਫ ਵਰਡਸ ਤਾਂ ਉੱਥੇ ਤੁਹਾਨੂੰ ਪੇਅਰ ਆਫ ਵਰਡਸ ਮਿਲ ਜਾਊਗਾ ਆਪਣੀ ਬੁੱਕ ਓਪਨ ਕਰੋ ਬੁੱਕ ਦੇ ਵਿੱਚ ਜਾ ਕੇ ਇੱਥੇ ਤੁਸੀਂ ਨਾਲ-ਨਾਲ ਬੁੱਕ ਦੇ ਉੱਪਰ ਲਿਖ ਸਕਦੇ ਹੋ ਕਿ ਇਹਦੀ ਪੰਜਾਬੀ ਕੀ ਹੈ ਠੀਕ ਹੈ ਐਕਸੈਪਟ ਮੀਨਸ ਸਵੀਕਾਰ करना कंसेंट ज टू रिसीव ही एक्सेप्टेड माई ऑफर उसने मेरा ऑफर स्वीकार कर लिया नेक्स्ट नैक्सट एक्सैप्ट एक्सैप्ट होंगे उस तो इलावा एक्सेप्ट मीनस उस तो इलावा एक्सक्लूडिंग किसी न छड़ के किसी छड़ के कहिए कही उस तो इलावा ऑल एक्सेप्ट हर मदर उसकी माँ तो इलावा ਆਲ ਜੁਆਇੰਡ ਦਾ ਪਾਰਟੀ ਸਾਰੇ ਹੀ ਪਾਰਟੀ ਵਿੱਚ ਆਏ ਸੀ ਜਾਂ ਸਾਰਿਆਂ ਨੇ ਪਾਰਟੀ ਜੁਆਇਨ ਕੀਤੀ ਉਸ ਦੀ ਮਾਂ ਤੋਂ ਇਲਾਵਾ ਨੈਕਸਟ ਆਲਟਰ ਆਲਟਰ ਕੀ ਹੁੰਦਾ ਟੂ ਚੇਂਜ ਜਿਵੇਂ ਆਪਣਾ ਸੂਟ ਹੈ ਮੰਨ ਲਓ ਸੂਟ ਆਪਣੇ ਖੁੱਲ੍ਹਾ ਹੈ ਹੈ ਨਾ ਆਪਣਾ ਸ਼ਰਟ ਪਾਈ ਹੋਈ ਹੈ ਆਪਣੇ ਖੁੱਲ੍ਹੀ ਹੈ ਤਾਂ ਆਪਾਂ ਕੀ ਕਰਾਂਗੇ ਉਹਨੂੰ ਪੀੜੀ ਕਰ ਲਾਂਗੇ ਹੈ ਨਾ ਸੀਨ ਲਗਾ ਲਾਂਗੇ ਅੰਦਰ ਤਾਂ ਜਿਹੜਾ ਕਰਦੇ ਆ ਆਪਾਂ ਉਹਨੂੰ ਢੀੜੀ ਕਰਦੇ ਆ ਉਹਨੂੰ ਕੀ ਕਹਿੰਦੇ ਨੇ ਆਲਟਰ ਕਿ ਆਪਾਂ ਫਿਟਿੰਗ ਚੇਂਜ ਕਰ ਲਈ ਉਹਦੀ ਟੂ ਚੇਂਜ ਡੂ ਨਾਟ ਆਲਟਰ ਯੂਰ ਡਿਸੀਜਨ ਨਾਓ ਤੁਸੀਂ ਉਹਨੂੰ ਬਦਲ ਦੇਣਾ ਤੁਸੀਂ ਆਪਣਾ ਡਿਸੀਜਨ ਹੁਣ ਨਾ ਬਦਲੋ ਠੀਕ ਹੈ ਆਲਟਰ ਦਾ ਮਤਲਬ ਕੀ ਹੈ ਟੂ ਚੇਂਜ ਕਿ ਇੱਥੇ ਤੋਂ ਉਹਨੂੰ ਕੀ ਇੱਥੇ ਡਿਸੀਜਨ ਦੀ ਗੱਲ ਕਰ ਰਹੇ ਨੇ ਪਰ ਵੈਸੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਕੱਪੜਿਆਂ ਨੂੰ ਵੀ ਜਦ ਆਪਾਂ ਖੁੱਲਾ ਢੀੜਾ ਕਰਦੇ ਆ ਉਹਨੂੰ ਵੀ ਆਲਟਰ ਬੋਲਿਆ ਜਾਂਦਾ ਆਪਾਂ ਦਰਜੀ ਕੋਲ ਕਹਿੰਨੇ ਆ ਜਾ ਕੇ ਆਲਟਰੇਸ਼ਨ ਕਰਨੀ ਹੈ ਦੀ ऑल्टरेशन करवाना है ठीक है तो ਤੁਹਾਨੂੰ ਉਥੇ ਪਤਾ ਹੋਣਾ ਚਾਹੀਦਾ ਵੀ ਇੱਥੇ ਆਲਟਰੇਸ਼ਨ ਦਾ ਕੀ ਮਤਲਬ ਹੈ ਜੋ ਆਲਟਰ ਦਾ ਕੀ ਮਤਲਬ ਹੈ ਠੀਕ ਹੈ ਤਾਂ ਇੱਥੇ ਆਲਟਰ मींस टू चेंज डू नॉट ऑल्ਟਰ ਯੂਅਰ ਡਿਸੀਜਨ ਨਾਉ नेक्स्ट अल्ट अल्ट मींस टू प्ले ਅ ਪਲੇਸ ਆਫ ਵਰਸ਼ਿਪ ਤੁਸੀਂ ਕਦੇ ਹਿੰਦੂਆਂ ਦੇ ਜੇ ਵਿਆਹ ਦੇਖੇ ਹੋਣ ਤਾਂ ਤੁਸੀਂ ਦੇਖਿਆ ਹੋਊਗਾ ਜਿੱਥੇ ਅਗਨੀ ਜਲਾਈ ਜਾਂਦੀ ਹੈ ਅਗਨੀ ਦੇ ਸੱਤ ਫੇ ਅਗਨੀ ਦੇ ਆਲੇ ਦੁਆਲੇ ਸੱਤ ਫੇਰੇ ਲਏ ਜਾਂਦੇ ਨੇ ਉਸ ਨੂੰ ਬੋਲਦੇ ਨੇ 베ਦੀ ਕੀ ਬੋਲਦੇ ਨੇ 베디 ਵੇਦੀ ਬੋਲਦੇ ਨੇ ਉਸ 베ਦੀ ਦੀ ਹੀ ਇੰਗਲਿਸ਼ ਹੈ ਆਲਟਰ ਟੇਕ ਆਫ ਯੋਰ ਸ਼ੂਜ਼ ਬਿਫੋਰ ਰੀਚਿੰਗ ਦਾ ਆਲਟਰ ਆਲਟਰ ਤੱਕ ਪਹੁੰਚਣ ਤੋਂ ਪਹਿਲਾਂ ਆਪਣੇ ਸ਼ੂਜ਼ ਉਤਾਰ ਦਿਓ ਕਿਉਂ ਕਿਉਂਕਿ ਉਹ ਪਵਿੱਤਰ ਸਥਾਨ ਹੈ ਜਿੱਥੇ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ ਉਹ ਸਾਰੇ ਬਲੇਸਿੰਗਜ਼ ਇਹਨਾਂ ਆਏ ਹੁੰਦੇ ਨੇ ਹੈਨਾ ਅਗਨੀ ਦੇਵਤਾ ਆਏ ਹੁੰਦੇ ਨੇ ਤਾਂ ਉਹ ਉਹ ਸਾਰਾ ਉਸ ਨੂੰ ਪਵਿੱਤਰ ਸਥਾਨ ਬਣਾਇਆ ਜਾਂਦਾ ਹੈ ਪਹਿਲਾਂ ਸਾਰੇ ਉੱਥੇ ਆਵਾਹਨ ਕੀਤਾ ਜਾਂਦਾ ਹੈ ਸਾਰੇ ਦੇਵੀ-ਦੇਵਤਿਆਂ ਦਾ ਆਇਸ ਕਰਕੇ ਸ਼ੂਜ਼ ਨੂੰ ਉੱਥੇ ਉਤਾਰ ਕੇ ਆਪਾਂ ਫੇਰ ਬੈੰਨੇ ਆਂ ਕਿਉਂਕਿ ਉਸ ਨੂੰ ਇੱਕ ਤਰ੍ਹਾਂ ਮੰਦਿਰ ਬਣ ਕੇ ਚੱਲਦੇ ਆਪਾਂ ਠੀਕ ਹੈ ਤਾਂ ਇਹ ਸੀਗਾ ਵਰਸ਼ਿਪ ਵਰਡ ਆਇਆ ਕਿਥੇ ਅ ਪਲੇਸ ਆਫ ਵਰਸ਼ਿਪ ਵਰਸ਼ਿਪ ਮਤਲਬ ਪੂਜਾ ਪੂਜਾ ਦਾ ਸਥਾਨ ਠੀਕ ਹੈ ਨੈਕਸਟ ਅਡੈਪਟ ਅ ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਕਿ ਬੇਦੀ ਕੱਲੀ ਇਹੀ ਨਹੀਂ ਹੈ ਬੇਦੀ ਜਿੱਥੇ ਯੱਗ ਵਗੈਰਾ ਹੁੰਦੇ ਨੇ ਮੰਦਿਰਾਂ ਦੇ ਵਿੱਚ ਵੀ ਕਿਤੇ ਯੱਗ ਹੁੰਦੇ ਨੇ ਉੱਥੇ ਉਹਨੂੰ ਵੀ ਆਲਟਰੀ ਬੋਲਾਂਗੇ ਠੀਕ ਹੈ ਇਹ ਨਹੀਂ ਵੀ ਸਿਰਫ ਵਿਆਹ ਵਾਲੀਆਂ ਚੀਜ਼ਾਂ ਨੂੰ ਹੀ ਆਲਟਰ ਬੋਲਾਂਗੇ ਜਿੱਥੇ ਵੀ ਬੇਦੀ ਬਣ ਗਈ ਜਿੱਥੇ ਅਗਨੀ ਦਾ ਆਵਾਹਨ ਕੀਤਾ ਜਾਂਦਾ ਉਨੂੰ ਅਲਟ ਬੋਲਾਂਗੇ ਠੀਕ ਹੈ ਨੈਕਸਟ ਅਡਾਪਟ ਅਡਾਪਟ ਕੀ ਹੈ ਕਿਸੇ ਚੀਜ਼ ਦੇ ਅਨੁਕੂਲ ਹੋਣਾ ਪੰਜਾਬੀ ਇਸ ਤੂੰ ਲਿਖ ਸਕਦੇ ਹੋ ਅਨੁਕੂਲ ਹੋਣਾ ਟੂ ਫਿਟ ਵਨ ਸ਼ੁਡ ਅਡਾਪਟ ਵਨਸੈਲਫ ਟੂ ਨਿਊ ਸਰਕਮਸਟੈਂਸਿਸ ਬੰਦੇ ਨੂੰ ਨਵੇਂ ਪਰਸਥਿਤੀਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ ਠੀਕ ਹੈ ਨੈਕਸਟ ਹੈ ਅਡਾਪਟ ਅਡਾਪਟ ਕੀ ਹੁੰਦਾ ਸਵੀਕਾਰ ਕਰ ਲੈਣਾ ਰਾਣੀ ਵਿਲ ਨਾਟ ਅਡਾਪਟ ਦਿਸ ਚਾਈਲਡ ਜਾਂ ਗੋਦ ਲੈ ਲੈਣਾ ਅਡਾਪਟ ਮੀਨਸ ਗੋਦ ਲੈ ਲੈਣਾ ਰਾਣੀ ਇਸ ਬੱਚੇ ਨੂੰ ਗੋਦ ਨਹੀਂ ਲਵੇਗੀ ਠੀਕ ਹੈ ਗੋਦ ਲੈਣਾ ਅਡੈਪਟ ਅਡੈਪਟ ਕੀ ਹੁੰਦਾ ਨਿਪੁੰਨ ਹੀ ਇਜ਼ ਅਡੈਪਟ ਐਟ ਡ్రਾਈਂਗ ਉਹ ਡ్రਾਈਂਗ ਦੇ ਵਿੱਚ ਨਿਪੁੰਨ ਹੈ ਐਕਸਪਰਟ ਨੈਕਸਟ ਫੋਰਥ ਤੇ ਆ ਗਏ ਆਪਾਂ ਐਕਸੈਸ ਐਕਸੈਸ ਕੀ ਹੁੰਦੀ ਹੈ ਕਿਸੇ ਤੱਕ ਪਹੁੰਚ ਐਕਸੈਸ ਮੀਨਸ ਪਹੁੰਚ ਅਪਰੋਚ

ਮਾੜੀ ਮਾੜੀ ਹੈ ਮਨ ਨੂੰ ਤੁਸੀਂ ਚਾਹ ਬਣਾ ਰਹੇ ਹੋ ਚਾਚ ਤੁਸੀਂ ਚੀਨੀ ਦੋ ਚਮਚ ਚਾਹੀਦੀ ਹੈ ਤੁਸੀਂ 10 ਪਾਤੇ ਚਾਰ ਪਾਤੇ ਉਹ ਖਰਾਬ ਹੀ ਹੋਊਗੀ ਨਾ ਚਾਹ ਤੁਹਾਨੂੰ ਵੀ ਖਰਾਬ ਕਰੂਗੀ ਤੁਸੀਂ ਸਬਜੀ ਬਣਾ ਰਹੇ ਹੋ ਨਮਕ ਚਾਹੀਦਾ ਇੱਕ ਚਮਚ ਹੈ ਤੁਸੀਂ ਦੋ ਚਮਚ ਪਾਤੇ ਤਾਂ ਤੁਸੀਂ ਰੋਟੀ ਖਾਈ ਨਹੀਂ ਸਕਦੇ ਸਬਜੀ ਤਾਂ ਐਕਸੈਸ ਕਿਸੇ ਵੀ ਚੀਜ਼ ਦੀ ਕਿਉਂ ਹੁੰਦੀ ਹੈ ਬਹੁਤ ਆਤ ਕਿਸੇ ਵੀ ਚੀਜ਼ ਦੀ ਕੀ ਹੈ ਮਾੜੀ ਹੈ ਠੀਕ ਹੈ ਐਡਵਾਈਸ ਐਡਵਾਈਸ ਕੀ ਹੁੰਦੀ ਹੈ ਸਲਾਹ ਸਲਾਹ देना देखो A -D -V -I -S -E है ए डी वी आई एस ई जगा य जो दो वर्ब है तो ये पंजाबी की होगी सलाह देना आई एडवाइज हिम टू गो देव मैं उसू सलाह दी उ जा सैकेंड की है ए डी वी आई सी ई एक की है य मतलब है सलाह कला सलाह माई एडवाइस वॉज एक्सैप्टेड बाई हिम ਮੇਰੀ ਸਲਾਹ ਉਸ ਦੁਆਰਾ ਸਵੀਕਾਰ ਕਰ ਲਈ ਗਈ ਸਵੀਕਾਰ ਦੀ ਇੰਗਲਿਸ਼ ਕੀ ਹੈ ਐਕਸੈਪਟਡ ਆ ਉਹ ਉੱਪਰ ਕਰਕੇ ਹਟਿਆ ਨੈਕਸਟ ਐਂਗਲ ਐਂਗਲ ਕੀ ਹੁੰਦਾ ਜਿਵੇਂ ਤੁਹਾਨੂੰ ਮੈਥ ਵਾਲੇ ਟੀਚਰ ਸਮਝਾਉਂਦੇ ਨੇ ਨਾ ਕੋਣ ਬਣਾਣਾ ਕੋਣ ਤਾਂ ਉਹਨੂੰ ਬੋਲਦੇ ਨੇ ਐਂਗਲ ਸਪੇਸ ਬੀਟਵੀਨ ਟੂ ਲਾਈਨਸ ਮੀਟਿੰਗ ਐਟ ਏ ਪੁਆਇੰਟ ਦੋ ਲਾਈਨਾਂ ਨੂੰ ਇੱਕ ਪੁਆਇੰਟ ਤੇ ਜਿੱਥੇ ਮਿਲਦੀਆਂ ਨੇ ਉੱਥੇ ਕੀ ਬਣ ਜਾਂਦਾ ਕੋਣ ਬਣ ਜਾਂਦਾ draw an angle equal to the given angle ਇੱਕ ਕੋਣ ਇਸ ਕੋਣ ਦੇ ਬਰਾਬਰ ਬਣਾਓ ਨੈਕਸਟ ਹੈਗਾ ਐਂਜਲ 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 ਕੀ ਹੁੰਦਾ ਫਰਿਸ਼ਤਾ ਫਰਿਸ਼ਤਾ ਪਰਮਾਤਮਾ ਦੁਆਰਾ ਭੇਜਿਆ ਗਿਆ ਠੀਕ ਹੈ ਅ ਹੈਵਨਲੀ ਬੀਇੰਗ ਮਤਲਬ ਫਰਿਸ਼ਤਾ ਜਿਹਨੂੰ ਬੋਲਦੇ ਆ ਮਾਈ ਗੁੱਡ ਐਂਜਲ ਸੇਵਡ ਮੀ ਫਰੋਮ sin athemeenia na ha ਇਥੇ ਮੀ ਨਹੀਂ ਆਣਾ ਨਹੀਂ ਫ੍ਰੋਮ ਤੋਂ ਬਾਅਦ ਮੀ ਨਹੀਂ ਆਣਾ ਮਾਈ ਗੁੱਡ ਐਂਜਲ ਸੇਵਡ ਮੀ ਫ੍ਰੋਮ sin ਮੇਰੇ ਚੰਗੇ ਫਰਿਸ਼ਤੇ ਨੇ ਮੈਨੂੰ ਪਾਪ ਕਰਨ ਤੋਂ sin ਮਤਲਬ ਪਾਪ ਪਾਪ ਕਰਨ ਤੋਂ ਬਚਾ ਲਿਆ ਨੈਕਸਟ ਇਨਸੀਡੈਂਟ ਇਨਸੀਡੈਂਟ ਕੀ ਹੁੰਦਾ ਹੈ ਘਟਨਾ ਧਿਆਨ ਨਾਲ ਸੁਣਨਾ ਬੱਚੋ ਕਈ ਬੱਚੇ ਇਹਦੇ ਵਿੱਚ ਕਨਫਿਊਜ਼ ਜ਼ਿਆਦਾ ਹੁੰਦੇ ਨੇ ਇਨਸੀਡੈਂਟ ਮੀਨਸ ਘਟਨਾ ਐਕਸੀਡੈਂਟ ਮੀਨਸ ਦੁਰਘਟਨਾ ਠੀਕ ਹੈ ਪੰਜਾਬੀ ਜ਼ਰੂਰ ਲਿਖ ਲਿਓ ਇਹਨਾਂ ਦੀ ਇਨਸੀਡੈਂਟ ਘਟਨਾ ਕਟਨਾ ਐਕਸੀਡੈਂਟ ਦੁਰਘਟਨਾ ਠੀਕ ਹੈ ਤਾਂ ਇਨਸੀਡੈਂਟ ਤਾਂ ਕੁਝ ਵੀ ਹੋ ਸਕਦਾ ਹੈ ਮੰਨ ਲਓ ਤੁਹਾਡੇ ਸਕੂਲ ਦੇ ਵਿੱਚ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਈ that is an incident ਠੀਕ ਹੈ ਤੁਹਾਡੇ ਘਰ ਰਿਸ਼ਤੇਦਾਰ ਆਏ that is an incident ਠੀਕ ਹੈ ਤੁਸੀਂ ਰਸਤੇ 'ਚ ਜਾ ਰਹੇ ਸੀ ਤੁਹਾਨੂੰ ਤੁਹਾਡਾ ਫਰੈਂਡ ਮਿਲ ਗਿਆ that is an incident ਠੀਕ ਹੈ ਤਾਂ ਇਨਸੀਡੈਂਟ ਚੰਗਾ ਵੀ ਹੋ ਸਕਦਾ ਹੈ पर एक्सीडेंट चंगा नहीं होंगे है ना ही रिलेटेड एन एम्यूजिंग इंसीडेंट उसने एक बहुत हासी वाली गल दसी ठीक है ना नैक्सट की है एक्सीडेंट एन अनएक्सपैक्टेड हैपनिंग कुछ आप सोचा नहीं है वो हो गया एकदम ही तो उसको आप कहों एक्सीडेंट अ सीरीयस रेलवे एक्सीडेंट टुक प्लेस यस्टरडे एक बहुत ही भयानक एक्सीडेंट कल उ हो गया ਐਮੀਏਬਲ ਐਮੀਏਬਲ ਕੀ ਹੁੰਦਾ ਹੈ ਲਵੇਬਲ ਐਮੀਏਬਲ ਮੀਨਸ ਲਵੇਬਲ ਮਿਲਨਸਾਰ ਬੋਲਦੇ ਆ ਆਪਾਂ ਇਹਨੂੰ ਐਮੀਏਬਲ ਨੂੰ ਮਿਲਨਸਾਰ ਹਰ ਮੈਨਰਸ ਆਰ ਐਮੀਏਬਲ ਉਸ ਦੇ ਮੈਨਰਸ ਬੜੇ ਅੱਛੇ ਨੇ ਐਮੀਕੇਬਲ ਐਮੀਕੇਬਲ ਕੀ ਸ਼ਾਂਤਮਈ ਦੇ ਵਾਂਟ ਐਨ ਐਮੀਕੇਬਲ ਸੈਟਲਮੈਂਟ ਆਫ ਦਾ ਡਿਸਪਿਊਟ ਉਹ ਚਾਹੁੰਦੇ ਨੇ ਵੀ ਇੱਕ ਸ਼ਾਂਤਮਈ ਢੰਗ ਨਾਲ ਸੈਟਲਮੈਂਟ ਹੋ ਜਵੇ ਆਫ ਦਾ ਡਿਸਪਿਊਟ ਡਿਸਪਿਊਟ ਕਿੰਦਾ ਝਗੜਾ ਲੜਾਈ ਲੜਾਈ ਦੀ ਸੈਟਲਮੈਂਟ ਬਾਹਰ ਦੀ ਵਾਰ ਹੋ ਜਵੇ ਸ਼ਾਂਤ ਵੀ ਟੰਗ ਨਾਲ ਠੀਕ ਹੈ ਅਫੈਕਟ ਅਫੈਕਟ ਮੀਨਸ ਪ੍ਰਭਾਵ ਪਾਉਣਾ ਪ੍ਰਭਾਵ ਪਾਉਣਾ ਦਾ ਅਨਹੋਲਸਮ ਫੂਡ ਅਫੈਕਟਡ ਹਰ ਹੈਲਥ ਐਡਵਰਸਲੀ ਤਾਂ ਜਿਹੜਾ ਘੱਟ ਪਕਾਇਆ ਹੋਇਆ ਖਾਣਾ ਸੀ ਉਸਨੇ ਉਸਦੇ ਸਿਹਤ ਤੇ ਗਲਤ ਪ੍ਰਭਾਵ ਪਾ ਦਿੱਤਾ ਅਫੈਕਟ ਇਫੈਕਟ ਇਫੈਕਟ ਕੀ ਹੈ ਪ੍ਰਭਾਵ ਬੈਰ ਇਫੈਕਟ ਆਫ ਲਿਕਵਿਡ ਵਾਸ ਸੂਨ ਫੈਲਟ ਦੇਖੋ ਉੱਪਰ ਵਾਲੇ ਦਾ ਪ੍ਰਭਾਵ ਪਾਉਣਾ ਸੀਗਾ ਇੱਥੇ ਹੈਗਾ ਪ੍ਰਭਾਵ ਜਿਹੜਾ ਉਹਨੇ ਸ਼ਰਾਬ ਪੀਤੀ ਸੀ ਉਹਦਾ ਪ੍ਰਭਾਵ ਉਹਨੂੰ ਜਲਦੀ ਹੀ ਮਹਿਸੂਸ ਹੋਣ ਲੱਗ ਗਿਆ ਆਰਟਿਸਨ ਆਰਟਿਸਨ ਕੀ ਹੁੰਦਾ ਕਾਸ਼ਤਕਾਰ ਜਿਹੜਾ ਹੱਥ ਨਾਲ ਕੋਈ ਕੰਮ ਕਰਦਾ ਹੋਵੇ ਅ ਗੋਲਡ ਸਮਿਥ ਇਜ਼ ਐਨ ਆਰਟਿਸਨ ਗੋਲਡ ਸਮਿਥ ਕੀ ਹੁੰਦਾ ਉਹ ਖੁਦ ਲੋਹੇ ਨੂੰ ਕੁੱਟ-ਕੁੱਟ ਕੇ ਉਸ ਦੀਆਂ ਵਧੀਆ-ਵਧੀਆ ਸੋਨੇ ਦੀਆਂ ਚੀਜ਼ਾਂ ਬਣਾਉਂਦਾ ਤਾਂ ਉਹ ਕੀ ਇੱਕ ਆਰਟਿਸਨ ਹੈ ਹੱਥ ਨਾਲ ਚੀਜ਼ਾਂ ਬਣਾਉਂਦਾ ਉਹਦੀਆਂ ਕਸ਼ਤਕਾਰ ਹੈ ਉਹ ਇੱਕ ਉਹਦਾ ਆਰਟਿਸਟ ਆਰਟਿਸਟ ਕਿ ਹੁੰਦਾ ਐਕਸਪਰਟ ਇਨ ਸਮ ਫਾਈਨ ਆਰਟ ਕਿਸੇ ਕੰਮ ਦੇ ਵਿੱਚ ਕਿਸੇ ਫਾਈਨ ਆਰਟ ਦੇ ਵਿੱਚ ਤੁਸੀਂ ਐਕਸਪਰਟ ਓਨਲੀਪੂ ਨਾ ਨੂੰ ਆਰਟਿਸਟ ਬੋਲਾਂਗੇ ਜਿਵੇਂ ਕਿ ਅ ਪੇਂਟਰ ਇਜ਼ ਐਨ ਆਰਟਿਸਟ ਜਿਵੇਂ ਪੇਂਟਰ ਹੈ ਉਹ ਹੀ ਇੱਕ ਆਰਟਿਸਟ ਹੈ ਠੀਕ ਹੈ ਜਾਂ ਫਿਰ ਤੁਸੀਂ ਡਾਂਸਰ ਹੋ ਤੁਸੀਂ ਆਰਟਿਸਟ ਹੋ ਠੀਕ ਹੈ ਇਸ ਤਰ੍ਹਾਂ ਬੇਲ B A I L ਬੇਲ ਕੀ ਹੁੰਦੀ ਹੈ ਜ਼ਮਾਨਤ ਜ਼ਮਾਨਤ ਤਾਂ ਤੁਸੀਂ ਸਮਝਦੇ ਹੋਗੇ ਨਾ ਕੋਈ ਜੇਲ ਚਲਾ ਗਿਆ ਤਾਂ ਜੇਲ 'ਚ ਇੱਕ ਰੂਲ ਬਣਾ ਹੁੰਦਾ ਹੈ ਕਿ ਤੁਸੀਂ ਜ਼ਮਾਨਤ ਦੇ ਕੇ ਕੁਝ ਦਿਨਾਂ ਲਈ ਬਾਹਰ ਆ ਸਕਦੇ ਹੋ ਕੋਈ ਵਿਆਹ ਆ ਗਿਆ ਸ਼ਾਦੀ ਆ ਗਈ ਘਰ 'ਚ ਤਾਂ ਤੁਸੀਂ ਸਰਕਾਰ ਨੂੰ ਰਿਕੁਐਸਟ ਕਰੋ ਤਾਂ ਸਰਕਾਰ ਤੁਹਾਨੂੰ ਕਿਸੇ ਵੇਲੇ ਜੇ ਜਾਦਾ ਸੀਰੀਅਸ ਤੁਸੀਂ ਕ੍ਰਾਈਮ ਨਹੀਂ ਕੀਤਾ ਤਾਂ ਤੁਹਾਨੂੰ ਜਮਾਨਤ ਕੁਛ ਦਿਨਾਂ ਲਈ ਮਿਲ ਜਾਂਦੀ ਹੈ ਤੁਸੀਂ ਵਿਆਹ ਅਟੈਂਡ ਕੀਤਾ ਵਾਪਿਸ ਫੇਰ ਜੇਲ੍ਹ ਤੋਂ ਤੁਹਾਨੂੰ ਲੈ ਜਾਣਗੇ ਤਾਂ ਉਸ ਤਰ੍ਹਾਂ ਉਹਨੂੰ ਬੋਲਦੇ ਨੇ ਜਮਾਨਤ ਬੇਲ ਸ਼ੀ ਵਾਸ ਰਿਲੀਜ਼ਡ ਓਨ ਬੇਲ ਉਸ ਨੂੰ ਜਮਾਨਤ ਉੱਤੇ ਬਰੀ ਕੀਤਾ ਗਿਆ ਛੱਡਿਆ ਗਿਆ ਥੋੜੀ ਦੇਰ ਲਈ ਠੀਕ ਹੈ ਬੀ ਏ ਐਲ ਈ ਬੇਲ ਬੇਲ ਦਾ ਮਤਲਬ ਹੁੰਦਾ ਹੈ ਪੋਟਲੀ ਗਠੜੀ ਠੀਕ ਹੈ ਸ਼ੀ 스톨 8 ਬੇਲਸ ਆਫ ਕੋਟਨ ਉਸਨੇ 8 ਗਠੜੀਆਂ ਕੋਟਨ ਦੀਆਂ ਚੁਰਾ ਲਈਆਂ ਲਾਰਜ ਬੰਡਲ ਬਹੁਤ ਬੜਾ ਬੰਡਲ ਹੁੰਦਾ ਜਿਹੜਾ ਉਹਨੂੰ ਬੇਲ ਬੋਲਦੇ ਨੇ ਨੈਕਸਟ ਹੈਗਾ ਬੇਅਰ ਬੇਅਰ ਮੀਨਸ ਨੰਗਾ 언ਕਵਰਡ ਵਿਦਾਊਟ ਕਲੋਸ ਹੀ ਗੋਜ਼ ਆਊਟ ਫॉर ਅ ਵਾਕ ਵਿਦ ਹਿਸ ਹੈਅਰ ਹੈਡ ਬੇਅਰ ਉਹ ਆਪਣੇ ਨੰਗੇ ਸਿਰ ਹੀ ਘਰ ਤੋਂ ਬਾਹਰ ਚੱਲੀ ਚਲਾ ਗਿਆ ਮਤਲਬ ਜਿਵੇਂ ਹੁਣ ਠੰਡ ਦੇਖੋ ਕਿੰਨੀ ਪੈ ਰਹੀ ਹੈ ਹੈਨਾ ਹੁਣ ਆਪਰ ਹੁੰਦਾ ਵੀ ਟੋਪੀ ਲੈ ਲਓ ਮਫਲਰ ਲੈ ਲਓ ਸਿਰ ਤੇ ਚੁੰਨੀ ਲੈ ਲਓ ਕੁਝ ਲੈ ਲਓ ਸਿਰ ਤੇ ਹੈਨਾ ਤਾਂ ਹੁਣ ਜੇ ਕੋਈ ਸਿਰ ਤੋਂ ਬਾਹਰ ਐਂ ਚਲਾ ਜਾਵੇ ਆਪਾਂ ਕਿੰਗੇ ਬੇਅਰ ਹੈੱਡਡ ਬੇਅਰ ਹੈਡਡ ਜਾਂ ਹੀ ਗੋਜ਼ ਆਊਟ ਫॉर ਅ ਵਾਕ ਵਿਦ ਹਿਸ ਹੈਡ ਬੇਅਰ ਨੈਕਸਟ ਕੀ ਹੈ ਬੀ ਈ ਏ ਆਰ ਬੇਅਰ ਕੀ ਹੁੰਦਾ ਟੋਲਰੇਟ ਬੱਚੋ ਸਪੈਲਿੰਗਸ ਵੱਲ ਵੀ ਧਿਆਨ ਦੇਣਾ ਤੁਸੀਂ ਜਰੂਰ ਠੀਕ ਹੈ ਕਿ ਕਿਹੜੇ ਸਪੈਲਿੰਗ ਦਾ ਕੀ मीनिंग ਹੈ ਬੀ ਈ ਏ ਆਰ ਬੇਅਰ ਮੀਨਸ ਟੋਲਰੇਟ ਸਹਿਨ ਕਰਨਾ ਵਿਲ ਹੀ ਬੇਅਰ ਥਿਸ ਹੈਵੀ ਲੋਸ ਕੀ ਉਹ ਇਸ ਹੈਵੀ ਲੋਸ ਨੂੰ ਹੈਵੀ ਲੋਸ ਨੂੰ ਇਹ ਬੇਅਰ ਕਰ ਸਕੂਗਾ 올리드 ਕਰ ਸਕੂ ਸਹਿਨ ਕਰ ਸਕੂਗਾ ਸਹਿਨ ਕਰਨਾ ਇੱਕ ਬੀਅਰ ਵਿੱਚ ਉਹ ਭਾਲੂ ਵੀ ਹੁੰਦਾ ਹੈ ਹੈਨਾ ਆਈ ਹੈਵ ਸੀਨ ਅ ਬੀਅਰ ਮੈਂ ਭਾਲੂ ਦੇਖਿਆ ਨੈਕਸਟ ਬੈਟਲ ਬੈਟਲ ਕੀ ਹੁੰਦੀ ਹੈ ਲੜਾਈ 1 ਇੰਗੇਜਮੈਂਟ ਕੋਈ ਵੀ ਬੈਟਲ ਲੜਾਈ ਦਾ ਬੈਟਲ ਆਫ ਪਾਨੀਪਤ ਡਿਸਾਈਡਡ ਦਾ ਫੇਟ ਆਫ ਇੰਡੀਆ ਪਾਨੀਪਤ ਦੀ ਲੜਾਈ ਨੇ ਭਾਰਤ ਦਾ ਕਿਸਮਤ ਨੂੰ ਤੈਅ ਕੀਤਾ ਵਾਰ a series series of engagements ਜਿਹੜਾ ਯੁੱਧ ਹੁੰਦਾ ਹੈ ਬੈਟਲ ਮੀਨਜ਼ ਲੜਾਈ ਵਾਰ ਮੀਨਜ਼ ਯੁੱਧ ਬੈਟਲ ਤਾਂ ਇੱਕ ਲੜਾਈ ਹੁੰਦੀ ਹੈ ਜਿਹੜਾ ਯੁੱਧ ਹੁੰਦਾ ਹੈ ਯੁੱਧ ਚ ਲਗਾਤਾਰ ਲੜਾਈਆਂ ਹੁੰਦੀਆਂ ਨੇ ਕਦੇ ਕਿਸੇ ਦੇਸ਼ ਦੀ ਕਿਸੇ ਦੇਸ਼ ਨਾਲ ਕਿਸੇ ਦੇਸ਼ ਦੀ ਕਿਸੇ ਦੇਸ਼ ਨਾਲ the war of mahabharat ruined the country ਤੇ ਇਹਦੇ ਵਿੱਚ ਯੁੱਧ ਦੇ ਵਿੱਚ ਬਹੁਤ ਜ਼ਿਆਦਾ ਮਾਰ ਕਾਟ ਵੀ ਜ਼ਿਆਦਾ ਹੁੰਦੀ ਹੈ ਤਾਂ war of mahabharat ਦੇ ਨਾਲ

यह बेयर तो बनया बचो ऊपर आपको बेयर पढ़िया सहन करना बेयर बोर बोन यह थर्ड फोम है ठीक है बेयर बोर बोन य थर्ड फोम है इस करके मीनिंग भी बेयर वाला ही है कि सोचो शेयर मीनस भी टोलरेटड हूँ बोन मीनस भी टॉलरेटड हूँ लेकिन एक गल है बेयर की भी मीनिंग टोलरेटड टोलरे है बोर का मीनिंग भी टॉलरेटड है बोन का मीनिंग भी टॉलरेटड है नैक्सट ब्राइडल B R I D A L bridal related to marriage dulhan hai na ja fir ap apne bridal lehenga lena hai mene ta bridal lehenga means dulhan wala lehenga har bridal dress was beautiful une jadi dulhan wali dress pai hui si bahut sundar si gi next hai bridal bridal ki hundi hai ghoda dekhe na ghode de ik lagam pai hundi hai jide naal apnu khichde haa onu dasde haa vi left bhajna hai ya right bhajna hai ਉਨੂੰ ਬੋਲਦੇ ਨੇ ਲਗਾਮ ਪੰਜਾਬੀ ਚੀ ਬੋਲਦੇ ਨੇ ਲਗਾਮ ਰੇਂਜਸ ਆਫ ਹORS HOLD THE BRIDLE ਆਫ THE HORSE ਕੇਅਰਫੁਲੀ ਕੋੜੀ ਦੀ ਲਗਾਮ ਨੂੰ ਧਿਆਨ ਨਾਲ ਪਕੜੋ ਸੋ ਥਿਸ ਇਜ਼ ਥਿਸ ਅਸਾਈਨਮੈਂਟ ਫਾਰ ਟੂਡੇ ਇਹਨੂੰ ਪਤਾ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਬੜੇ ਆਰਾਮ ਨਾਲ ਤੁਹਾਨੂੰ ਸਮਝਾਈ ਹੈ ਬੱਚਿਓ ਜਦੋਂ ਵੀ ਤੁਸੀਂ ਵਰਕਸ਼ੀਟ ਕਰੋ ਆਪਣੀ ਬੁੱਕ ਜਰੂਰ ਨੇੜੇ ਰੱਖੋ ਠੀਕ ਹੈ ਤੇ ਪੂਰਾ ਧਿਆਨ ਨਾਲ ਸੁਨਿਆ ਕਰੋ ਇਹ ਨਹੀਂ ਕਿ ਹਾਂ ਬਸ ਵੀਡੀਓ ਓਪਨ ਕੀਤੀ ਬੰਦ ਕਰਤੀ ਨਾ ਬਸ ਹੋ ਗਿਆ ਐਸ ਆਪਣਾ ਅਟੈਂਡੈਂਸ ਲਗਾਤੀ ਕਮੈਂਟ ਬਾਕਸ ਚ ਨਹੀਂ ਐਵੇਂ ਨਹੀਂ ਦੇਖੋ ਤੁਸੀਂ ਇਹ ਸਮਝੋ ਕਿ 10th ਕਲਾਸ ਹੈ ਤੁਹਾਡੀ ਬੋਰਡ ਦਾ ਪੇਪਰ ਬੋਰਡ ਦੇ ਪੇਪਰ ਹਜੇ ਤੁਹਾਡੇ ਇੱਕ ਵਾਰ ਹੋਰ ਹੋਣੇ ਨੇ ਤਾਂ ਤੁਹਾਨੂੰ ਪੇਪਰਾਂ ਦੀ ਤਿਆਰੀ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਲਾਸ ਦੇ ਵਿੱਚ ਟੀਚਰਸ ਹੁੰਦੇ ਨੇ ਤਾਂ ਚੰਗੀ ਤਰ੍ਹਾਂ ਬਣਾਉਂਦੇ ਨੇ ਪਰ ਔਨਲਾਈਨ ਸਟੱਡੀ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਹੁਣ ਇਸੇ ਕਰਕੇ YouTube ਵੀਡੀਓਜ਼ ਬਣਾ ਕੇ ਭੇਜੀਆਂ ਜਾਂਦੀਆਂ ਨੇ ਤਾਂ ਕਿ ਤੁਹਾਨੂੰ ਕਲਾਸ ਦੀ ਟੀਚਰ ਦੀ ਕਮੀ ਮਹਿਸੂਸ ਹੀ ਨਾ ਹੋਵੇ ਬਿਲਕੁਲ ਠੀਕ ਹੈ ਤੁਹਾਨੂੰ ਇਹ ਲੱਗੇ ਨਾ ਕਿ ਟੀਚਰ ਸਾਡੇ ਤੋਂ ਦੂਰ ਨੇ ਤੁਹਾਨੂੰ ਲੱਗੇ ਟੀਚਰ ਸਾਡੇ ਨੇੜੇ ਬੈਠ ਕੇ ਸਾਨੂੰ ਸਮਝਾ ਰਹੇ ਨੇ ਪੜ੍ਹਾ ਰਹੇ ਨੇ ਸਿਰਫ ਜ਼ਰੂਰਤ ਹੈ ਕਿ ਤੁਹਾਨੂੰ ਕਨਸੈਂਟਰੇਸ਼ਨ ਬਣਾ ਕੇ ਰੱਖਣੀ ਪਊਗੀ ਆਪਣੀ ਆਪਣੀ ਬੁੱਕ ਕੋਲ ਕੇ ਰੱਖੋ ਹਮੇਸ਼ਾ ਨਾਲ ਆਪਣਾ ਪੈਨ ਹਮੇਸ਼ਾ ਤੁਹਾਡੇ ਕੋਲ ਹੋਵੇ ਨਾਲ ਨਾਲ ਜੋ ਟੀਚਰ ਕਹਿ ਰਹੇ ਨੇ ਜੋ ਮੈਂ ਤੁਹਾਨੂੰ ਕਹਿ ਰਹੀ ਆ ਵੀਡੀਓ ਦੇ ਵਿੱਚ ਕਿ ਤੁਸੀਂ ਇੱਥੇ ਲਿਖ ਲਓ ਤਾਂ ਉੱਥੇ ਲਿਖੋ ਜੋ ਸਮਝਣ ਲਈ ਕਹਿ ਰਹੀ ਉਹਨੂੰ ਸਮਝੋ ਜੋ ਯਾਦ ਕਰਨ ਲਈ ਕਹਿ ਰਹੀ ਉਹਨੂੰ ਯਾਦ ਕਰੋ ਨਾਲ ਨਾਲ ਠੀਕ ਹੈ ਤਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਡੇਲੀ ਮਿਲਦੀਆਂ ਨੇ ਤੁਹਾਡੀ ਕਲਾਸ ਦੀਆਂ ਤੇ ਜੇ ਚੈਨਲ ਸਬਸਕ੍ਰਾਈਬ ਕੀਤਾ ਹੋਗਾ ਬੈਲ ਆਈਕਨ ਦਬਾਇਆ ਹੋਗਾ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰਨੀ ਹੈ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਿਆ ਕਰਾਂਗੀ ਸੋ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ ਟੇਕ ਕੇਅਰ ਬਾਏ ਬਾਏ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਦਾ ਬਟਨ ਡੇਲੀ ਦਬਾ ਦਿਆ ਕਰੋ ਬਾਏ